ਕੁੜੀ ਜਿਹਨੇ ਦੇਖਣ ਨੂੰ ਵਿੱਚ ਇੱਕ ਮੁੰਡੇ ਵਰਗਾ ਰੂਪ ਹੈ ਇੱਕ ਲੜਕੀ ਹੋ ਕੇ ਨੇ ਉਹ ਆਪਣੇ ਮਾਪਿਆਂ ਦਾ ਇਹ ਵੀ ਮੈਂ ਦੱਸਣਾ ਚਾਹਾਂ ਕਿ ਉਹ ਆਪਣੇ ਮਾਪਿਆਂ ਦੀਆਂ 6 ਧੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਛੋਟੀ ਹੈ ਇੰਡੀਅਨ ਵੂਮੈਨਸ ਫੁੱਟਬਾਲ ਟੀਮ ਵੱਲੋਂ ਰਿਪ੍ਰੈਜ਼ੈਂਟ ਕਰਦੇ ਹਾਂ ਗਰਾਊਂਡ ਜਿੱਥੇ ਆਪਾਂ ਖੜੇ ਹਾਂ ਤੁਸੀਂ ਫੁੱਟਬਾਲ ਸਿੱਖਿਆ ਮੈਨੂੰ ਇਸ ਚੀਜ਼ ਨੇ ਇਨਸਪਾਇਰ ਕੀਤਾ ਕਿ ਮੇਰੇ ਜਿਹੜੇ ਘਰ ਦੇ ਹਾਲਾਤ ਸੀ ਇੰਨੇ ਵਧੀਆ ਨਹੀਂ ਸੀਗੇ ਗਰਾਊਂਡ ਦੇ ਵਿੱਚ ਆਉਂਦੇ ਹੁੰਦੇ ਸੀ ਬੋਇਸ ਦੇ ਨਾਲ ਖੇਡਣਾ ਅਤੇ ਆਈ ਥਿੰਕ ਘਰ ਦੇ ਵਿੱਚ ਕਾਫੀ ਚੀਜ਼ਾਂ ਲੋਕਾਂ ਨੇ ਕਹਿਣਾ ਆ ਕੇ ਪ੍ਰੋਬਲਮ ਥੋੜ੍ਹੇ ਬਹੁਤ ਕ੍ਰੀਏਟ ਹੋਣੇ ਆ ਈਵਨ ਕਿ ਮਤਲਬ ਪਰ ਮੇਰੇ ਘਰ ਦੇ ਵੱਲੋਂ ਕਾਫੀ ਸਪੋਰਟ ਹੁੰਦੀ ਸੀ ਈਵਨ ਕਿ ਜਿਹੜੇ ਬੋਇਸ ਆਉਂਦੇ ਹੁੰਦੇ ਸੀ ਗਰਾਊਂਡ ਦੇ ਵਿੱਚ ਉਹ ਕਾਫੀ ਮਤਲਬ ਮੇਰੇ ਨਾਲ ਬਚਪਨ ਤੋਂ ਖੇਡਦੇ ਆ ਰਹੇ ਆ ਅਤੇ ਕਾਫੀ ਫਰੈਂਡਲੀ ਆ ਅਸੀਂ ਸਾਰੇ ਮਤਲਬ ਇੱਕ ਤਰ੍ਹਾਂ ਦਾ ਮਤਲਬ ਭੈਣ ਭਰਾ ਵਾਂਗੂ ਵਧੀਆ ਗੋਲ ਦੀ ਧਰਤੀ ਤੋਂ ਉੱਠ ਕੇ ਇੰਡੀਆ ਦੇ ਸਟੇਟ ਤੱਕ ਜਾਣਾ ਇਸ ਸਫ਼ਰ ਨੂੰ ਕਿਵੇਂ ਤੁਸੀਂ ਦੇਖਿਆ ਅਤੇ ਕਿਵੇਂ ਤੁਹਾਡਾ ਸਫ਼ਰ ਜਿਹੜਾ ਤੈਅ ਹੋਇਆ ਉਹ ਇਹਨਾਂ ਦੀ ਯਾਦ ਹੈ ਕੋਈ ਖੁਸ਼ੀ ਦੀ ਘਟਨਾ ਉਹ ਪਲੋ ਪਲ ਪਾਪਾ ਬ੍ਰਾਜ਼ੀਲ ਦੇ ਵਿੱਚ ਖੇਡਣ ਜਾ ਰਹੇ ਗਏ ਸੀਗੇ ਅਤੇ ਉੱਥੇ ਇੱਕ ਮੂਵਮੈਂਟ ਹੋਇਆ ਸੀ ਬ੍ਰਾਜ਼ੀਲ ਦੀ ਟੀਮ ਵਰਲਡ ਦੇ ਵਿੱਚ ਰੈਂਕ 7 'ਤੇ ਸਟੈਂਡ ਕਰਦੀ ਆ ਅਤੇ ਆਪਾਂ 56 'ਤੇ ਅਤੇ ਉਹਨਾਂ ਨਾਲ ਸਾਡਾ ਮੈਚ ਸੀਗਾ ਐਂਡ ਅਸੀਂ ਵੱਡੇ ਵੱਡੇ ਪਲੇਅਰਾਂ ਨਾਲ ਮਿਲੇ ਉੱਥੇ ਮਾਟਾ ਸਿੰਘ ਮਤਲਬ ਰੋਲ ਮਾਡਲ ਆ ਮੇਰੇ ਲਈ ਮਾਟਾ ਵਗੈਰਾ ਸਾਰੇ ਪਲੇਅਰ ਬ੍ਰਾਜ਼ੀਲੀਅਨ ਅਤੇ ਉਹ ਮੇਰੇ ਲਈ ਰੋਲ ਮਾਡਲ ਸੀਗੇ ਇੱਕ ਤਰ੍ਹਾਂ ਦੇ ਉਹਨਾਂ ਦੇ ਨਾਲ ਖੇਡਣਾ ਮਤਲਬ ਇੱਕ ਗੋਲਡਨ ਚਾਂਸ ਸੀ ਮੇਰੇ ਲਈ ਗੁੜ ਉਹਨਾਂ ਸਾਡੇ ਵੱਲ ਕਰ ਦਿੱਤਾ ਅਤੇ ਮਤਲਬ ਸਾਡੀ ਟੀਮ ਨੇ ਹਾਰ ਨਹੀਂ ਮੰਨੀ ਐਂਡ ਉਸ ਟਾਈਮ ਮੈਂ ਬ੍ਰਾਜ਼ੀਲ ਦੇ ਖਿਲਾਫ ਗੋਲ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਹੁਣੇ ਸਪੋਰਟਸ ਦੇ ਵਿੱਚ ਜਿਹੜੇ ਅੱਛੇ ਪਲੇਅਰ ਆ ਉਹਨਾਂ ਨੂੰ 5 ਲੱਖ ਤੋਂ ਲੈ ਕੇ ਕਾਫੀ ਲੱਖਾਂ ਤੱਕ ਜਿਹੜਾ 67-68 ਕਰੋੜ ਰੁਪਏ ਇਨਾਮ ਦਿੱਤਾ ਗਿਆ ਕਦੇ ਤੁਹਾਨੂੰ ਵੀ ਮੌਕਾ ਮਿਲਿਆ ਨਹੀਂ ਮੈਨੂੰ ਹਾਲੇ ਤੱਕ ਇੱਦਾਂ ਦੀ ਕੁਛ ਵੀ ਮਤਲਬ ਨਾ ਕੁਛ ਫੈਸਿਲਿਟੀ ਮਿਲੀ ਗਈ ਆ ਪੈਸੇ ਵੱਲੋਂ ਅਤੇ ਨਾ ਹੀ ਜੋਬ ਆਫਰ ਵਗੈਰਾ ਆਇਆ ਲੇਕਿਨ ਇੰਡੀਆ ਦੀ ਜਿਹੜੀ ਆ ਫੁੱਟਬਾਲ ਦੀ ਟੀਮ ਆ ਜਿਹੜੀ ਗੇਮ ਹੈ ਬਹੁਤ ਡਾਊਨ ਆ ਕਿਉਂਕਿ ਰੀਜ਼ਨ ਕੀ ਹੈ ਸਰਕਾਰਾਂ ਨਹੀਂ ਧਿਆਨ ਦੇ ਰਹੀਆਂ ਜਾਂ ਅੱਛੇ ਪਲੇਅਰ ਨਹੀਂ ਆ ਰਹੇ ਮਤਲਬ ਯੂਰਪ ਦੇ ਵਿੱਚ ਮੈਂ ਇੱਕ ਚੀਜ਼ ਨੋਟਿਸ ਕੀਤੀ ਸੀਗੀ ਕਿ ਉੱਥੇ ਜਿਹੜਾ ਮਤਲਬ ਬੇਸ ਆ ਨਾ ਉਹਨਾਂ ਦਾ ਬੇਸ ਕਾਫੀ ਵਧੀਆ ਆ ਕਿ ਗਰਾਊਂਡ ਲੈਵਲ 'ਤੇ ਕੰਮ ਨਹੀਂ ਹੋ ਰਿਹਾ ਆ ਫੁੱਟਬਾਲ ਦੇ ਉੱਤੇ ਐਂਡ ਜਿਹੜੇ ਬੱਚੇ ਆ ਉਹੀ ਮੈਂ ਤੁਹਾਨੂੰ ਦੱਸਿਆ ਫੈਸਿਲਿਟੀਜ਼ ਉਹਨਾਂ ਤੋਂ ਨਹੀਂ ਆ